ਆਸਟ੍ਰੇਲੀਆ ਦੀ ਪਹਿਲੀ ਪੰਜਾਬੀ ਮਹਿਲਾ ਹਾਈ ਕਮਿਸ਼ਨਰ ਬਣਨ ਦਾ ਸਨਮਾਨ ਹਾਸਲ ਕਰਨ ਵਾਲੀ ਹਰਿੰਦਰ ਸਿੱਧੂ ਇਹਨੇ ਦਿਨੀ ਚੰਡੀਗੜ੍ਹ ਦੌਰੇ ਤੇ ਹੈ ਤੇ ਇਸ ਦੌਰਾਨ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਰਾਬਤਾ ਵੀ ਕਾਇਮ ਕੀਤਾ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਆਸਟ੍ਰੇਲੀਆ ਵਿੱਚ ਜਾ ਕੇ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਬਾਰੇ ਵਿੱਚ ਅਤੇ ਉਹਨਾਂ ਨੂੰ ਆਸਟ੍ਰੇਲੀਆ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦੇ ਬਾਰੇ ਵਿੱਚ ਗੱਲਬਾਤ ਕੀਤੀ। ਨਾਲ ਹੀ ਉਹਨਾਂ ਨੇ ਵੀਜ਼ਾ ਨੂੰ ਲੈ ਕੇ ਆਉਣ ਵਾਲੀਆਂ ਦਿੱਕਤਾਂ ਤੇ ਵੀ ਚਰਚਾ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਹਰਿੰਦਰ ਸੰਧੂ ਨੇ ਕਿਹਾ ਕਿ ਭਾਰਤ ਦੇ ਨਾਲ ਆਸਟ੍ਰੇਲੀਆ ਦੇ ਸੰਬੰਧ ਸਪੋਰਟਸ, ਕਲਚਰ, ਟੂਰਿਜ਼ਮ ਅਤੇ ਬਾਇਲੈਟਰਲ ਟ੍ਰੇਡ ਵਿੱਚ ਕਾਫ਼ੀ ਅੱਗੇ ਵੱਧ ਚੁੱਕੇ ਨੇ ਅਤੇ ਭਾਰਤ ਦੀ ਨਿਊਕਲੀਅਰ ਪਾਲਿਸੀ ਨੂੰ ਆਸਟ੍ਰੇਲੀਆ ਵੱਲੋਂ ਸਦਾ ਤੋਂ ਸਮਰਥਨ ਮਿਲਦਾ ਆਇਆ ਹੈ। ਆਈ ਥਿੰਕ ਵੀ ਆਰ ਐਟ ਅ ਵੈਰੀ ਇੰਪੋਰਟੈਂਟ ਮੋਮੈਂਟ ਇਨ ਦੀ ਆਸਟ੍ਰੇਲੀਆ ਇੰਡੀਆ ਰਿਲੇਸ਼ਨਸ਼ਿਪ। ਨਾਟ ਓਨਲੀ ਡੂ ਵੀ ਹੈਵ ਟ੍ਰੈਡੀਸ਼ਨਲ ਏਰੀਆਜ਼ ਆਫ ਕੋਆਪਰੇਸ਼ਨ, ਬਟ ਦੇਰ ਆਰ ਨਿਊ ਏਰੀਆਜ਼ ਆਫ ਕੋਆਪਰੇਸ਼ਨ ਦੈਟ ਆਈ ਵਾਂਟ ਟੂ ਸੀ ਟੇਕ ਫੋਰਵਰਡ ਇਨ ਸਪੋਰਟਸ, ਇਨ ਟੂਰਿਜ਼ਮ ਐਂਡ ਇਨ ਐਕਸਪੈਂਡਿੰਗ ਦ ਬਾਇਲੈਟਰਲ ਰਿਲੇਸ਼ਨਸ਼ਿਪ ਔਨ ਐਜੂਕੇਸ਼ਨ ਐਂਡ ਸਕਿੱਲਸ। ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਕੁਲਦੀਪ ਕੁਮਾਰ।